ਸਾਨੂੰ ਜੈਮ ਸੀ ਦੀ ਜੈਮ ਸੀ ਦੀ ਬਦਕਵਾਲ ਜੀ ਆਪਾਂ ਕਰ ਰਹੇ ਹੈਗੇ ਜਿਹੜੀ ਫਾਈਵ ਫੋਰ ਮਿਨਿਸਟਰੀ ਜਿਹੜੀਆਂ ਪੰਜ ਜਿਹੜੀਆਂ ਸੇਵਕਾਈਆਂ ਜਿਹੜੀਆਂ ਉਹ ਜੋ ਯਿਸੂ ਮਸੀਹ ਦਿੰਦੇ ਆ ਔਰ ਪਵਿੱਤਰ ਆਤਮਾ ਉਸ ਮੁਤਾਬਕ ਜੀ ਉਹਨੂੰ ਇਸਤੇਮਾਲ ਕਰਦਾ ਹੈਗਾ। ਠੀਕ ਹੈ। ਪਹਿਲੀ ਜਿਹੜੀ ਸੇਵਕਾਈ ਜਿਹੜੀ ਆਪਾਂ ਦੇਖੀ ਹੈਗੀ ਆ ਜੀ ਉਹ ਹੈਗੀ ਆ ਪ੍ਰੋਫਿਟ ਦੀ, ਸੋਰੀ ਮੈਂ ਤਾਂ ਪ੍ਰੋਫਿਟ ਕਿਹਾ ਹੋ ਜਾਂਦਾ, ਰਸੂਲ ਦੀ, ਅਪੋਸਲ ਦੀ, ਰਸੂਲ ਦੀ। ਠੀਕ ਹਾਂਜੀ। ਉਹ ਸਭ ਤੋਂ ਪਹਿਲਾਂ ਉਹ ਜਾਂਦਾ ਨਵੀਂ ਜਗ੍ਹਾ ਜਸ ਖੋਲਦਾ ਜਾ ਕੇ, ਹਾਂਜੀ, ਜਿੰਨਾ ਜਿੱਥੇ ਬੱਚਾ ਨਹੀਂ ਸੁਣਿਆ ਹੈਗਾ ਆਪਾਂ ਉਹ ਸਟੱਡੀ ਕਰ ਲਈਏ ਹੈ ਨਾ। ਅਤੇ ਰੈਫਰੈਂਸ ਕਿਹੜਾ ਸੀ? ਇਫਸੀਆਂ 4 ਦੀ ਆਪਣੇ 11 ਤੋਂ 13 ਦੇ ਵਿੱਚ 11 ਆਇਤੇ 'ਚ ਬਿਆਨ ਕੀਤਾ ਗਿਆ ਫਾਈਵ ਫੋਲਡ ਮਿਨਿਸਟਰੀ। ਹਾਂ 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 ਹਾਂ। ਅਤੇ ਉਹਦੇ ਵਿੱਚ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਰਸੂਲ ਦੀ ਅਸੀਂ ਦੇਖਿਆ, ਰਸੂਲ ਕੌਣ ਹੁੰਦਾ ਅਤੇ ਉਹਦੀਆਂ ਨਿਸ਼ਾਨੀਆਂ, ਜਿਹਦੇ ਤੋਂ ਸਾਨੂੰ ਪਤਾ ਲੱਗ ਜਾਏ ਉਹ ਯਾਰ ਇਹ ਰਸੂਲ ਹੈ। ਹਾਂ ਠੀਕ ਹੈ। ਹਾਂਜੀ। ਉਹ ਰਸੂਲ ਇਹ ਨਹੀਂ ਜੇ ਇੱਕ ਜਗ੍ਹਾ ਡੇਰੇ ਲਾ ਲਏ ਨਾ, ਉਹ ਜਗ੍ਹਾ ਜਗ੍ਹਾ ਜਾਂਦਾ। ਠੀਕ ਹੈ। ਹਾਂਜੀ। ਅੱਛਾ, ਹੁਣ ਨਬੀ, ਹੁਣ ਹਾਂਜੀ ਪ੍ਰੋਫਿਟ, ਪ੍ਰੋਫਿਟ ਅਤੇ ਉਸ ਵਾਲਾ। ਹਾਂ, ਕਿਉਂਕਿ ਪਹਿਲਾਂ ਸਭ ਤੋਂ ਪਹਿਲਾਂ ਨਵੀਂ ਜਗ੍ਹਾ ਜਾ ਕੇ ਰਸੂਲ ਅਪੋਸਲ ਖੋਲਦਾ, ਚਰਚ ਸ਼ੁਰੂ ਕਰਦਾ, ਪਿੱਛੇ ਨਵੀ ਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਜਾਂਦਾ ਹੈਗਾ ਨਵੀ। ਉਸ ਮਤਲਬ ਪ੍ਰੋਫਿਟ, ਪ੍ਰੋਫਿਟ। ਅੱਛਾ, ਇਹ ਉਹ ਖਾਦਮ ਹੁੰਦਾ ਜਿਹੜਾ ਬਰ ਵਕਤ, ਯਾਨੀ ਜਿਹਦੀ ਲੋੜ ਹੈ ਉਦੋਂ ਪਰਮੇਸ਼ਵਰ ਪ੍ਰਭੂ ਯਸੂ ਅਤੇ ਪਵਿੱਤਰ ਆਤਮਾ ਕੋਲੋਂ ਇਹ ਪੈਗਾਮ ਲੈਂਦਾ ਹੈ ਅਤੇ ਉਹ ਫਿਰ ਲੈ ਕੇ ਅਤੇ ਭਵਿੱਖਬਾਣੀ ਕਰਦਾ, ਪੇਸ਼ਨ ਗੋਈ ਕਰਦਾ, ਪ੍ਰੋਫਸੀ ਕਰਦਾ ਹੈਂਜੀ, ਅਤੇ ਉਹ ਫਿਰ ਲੋਕਾਂ ਨੂੰ ਕੁਝ ਗਾਈਡੈਂਸ ਦਿੰਦਾ। ਠੀਕ ਹੈ। ਅਤੇ ਉਹਨਾਂ ਨੂੰ ਦੱਸਦਾ ਹੈ ਚਰਚ ਵਿੱਚ ਵੀ, ਜਿਹੜੇ ਜਿਹੜਾ ਚਰਚ ਕਾਇਮ ਹੋ ਰਿਹਾ ਹੁੰਦਾ ਉਹਦੇ ਵਿੱਚ ਫਿਰ ਇਹ ਪ੍ਰੋਫਿਟ ਆ ਜਾਂਦਾ, ਫਿਰ ਉਹਨਾਂ ਲਈ ਜਿਹੜਾ ਰੱਬ ਦਾ ਪੈਗਾਮ ਹੈ ਉਹ ਵੀ ਦਿੰਦਾ। ਠੀਕ ਹੈ। ਅਗਰ ਇੱਕ ਵਕਤ ਪ੍ਰੋਫਿਟ ਨਹੀਂ ਹੈ ਪਰ ਇਹ ਦਾਤ ਅਪੋਸਲ ਜਿਹੜਾ ਹੈ ਉਹਦੇ ਕੋਲੋਂ ਵੀ ਓਪਰੇਟ ਹੁੰਦੀ ਹੈ। ਠੀਕ ਹੈ। ਔਰ ਇਹ ਫਿਰ ਉਹਨਾਂ ਨੂੰ ਦੱਸਦਾ ਕਿ ਭਾਈ ਕੀ ਕਰਨ ਡੇ ਹੋ, ਇਹ ਪਰਮੇਸ਼ਵਰ ਦਾ ਪੈਗਾਮ ਤੁਹਾਡੇ ਲਈ ਹੈ, ਤੁਸੀਂ ਆਊਟ ਹੋਏ ਦੇ ਹੋ ਹੈ ਨਾ, ਅਤੇ ਅਗਰ ਤੁਸੀਂ ਜਿਹੜਾ ਇਹਦੇ ਮੁਤਾਬਿਕ, ਕਿਉਂਕਿ ਪ੍ਰੋਫਿਟ ਜਦੋਂ ਵੀ ਬੋਲਦਾ ਹੈ, ਨਬੀ ਬੋਲਦਾ ਹੈ, ਇਹ ਨਹੀਂ ਕਹਿੰਦਾ ਮੈਂ ਪ੍ਰੋਫਸੀ ਕਰਨਾ, ਮੈਂ ਬੋਲਣਾ, ਨੋ ਨੋ, ਲੈਟ ਦਾ ਗੋਡ ਸੇ ਕਿ ਇਹ ਖੁਦਾਵੰਦ ਫਰਮਾਉਂਦਾ ਹੈ, ਕਿਉਂਕਿ ਉਹ ਵਿਚੋਲਾ ਮੀਡੀਏਟਰ ਹੈ, ਦਰਮਿਆਨੀ, ਕਿ ਇਹ ਖੁਦਾਵੰਦ ਨੇ ਕਿਹਾ ਅਤੇ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ, ਅਤੇ ਇਹ ਗੱਲ ਜੇ ਅਤੇ ਤੁਸੀਂ ਜੋ ਵੀ ਪੈਗਾਮ ਨੇ, ਅਤੇ ਜੇ ਇਹਦੇ 'ਤੇ ਨਹੀਂ ਚਲੋਗੇ ਤਾਂ ਤੁਹਾਨੂੰ ਮੁਸ਼ਕਲ ਪੇਸ਼ ਆ ਸਕਦੀ ਹੈ। ਅਸਾਂ ਦਾਤਾਂ 'ਚ ਵੀ ਦੇਖਿਆ ਸੀ ਕਿ ਕਿਸ ਤਰੀਕੇ ਨਾਲ ਪ੍ਰੋਫਸੀ ਜਿਹੜੀ ਹੈ ਉਹ ਚਰਚੇ 'ਚ ਹੁੰਦੀ ਹੈ, ਪਹਿਲਾਂ ਕਰੰਥੀਆਂ 14 ਦੀ 3 ਆਇਤ 'ਚ ਹੈ ਨਾ, ਤਸੱਲੀ ਲਈ ਹੁੰਦੀ ਹੈ, ਨਸੀਹਤ ਲਈ ਹੁੰਦੀ ਹੈ ਨਾ, ਹੈ ਹਾਂ, ਐਡੂਕੇਸ਼ਨ, ਇਹ 3 ਚੀਜ਼ਾਂ ਨੇ। ਸੋ ਇਹ ਨਾ ਯਿਸੂ ਦੇ ਸਰੀਰ ਜਾਂ ਬਦਨ ਨੂੰ ਬਿਲਡ ਕਰਦਾ, ਤਾਮੀਰ ਕਰਦਾ। ਠੀਕ ਹੈ। ਹਾਂਜੀ। ਇਹ ਇਹਦੇ ਵਿੱਚ ਇਹ ਕਿ ਅਤੇ ਦੂਜਾ ਜਿਹੜਾ ਨਾ ਉਹਨੂੰ ਅੱਗੇ ਆਇਤਾਂ ਬਾਅਦ ਵਿੱਚ ਮੈਂ ਸੋਚ ਰਿਹਾ ਪੜ੍ਹਾ ਦਾਂਗੇ। ਸੋ ਪਹਿਲੀ ਚੀਜ਼ ਕਿ ਉਹਨਾਂ ਨੂੰ ਬਿਲਡ ਕਰਦਾ, ਉਹ ਪਰਮੇਸ਼ਵਰ ਦੀ ਆਵਾਜ਼ ਨਬੀ ਦੇ ਥਰੂ ਸੁਣ ਕੇ ਅਤੇ ਉਹ ਸਮਝਦੇ ਨੇ ਕਿ ਇਹ ਕੰਮ ਖੁਦਾ ਹੁੰਦਾ। ਨੰਬਰ ਦੂਸਰੀ ਇਹ ਵੇ ਕਿ ਉਹਨਾਂ ਨੂੰ ਐਕਟਿਵ ਰੱਖਦਾ, ਹੈਂ, ਐਕਟਿਵ ਰਹਿੰਦੇ ਨੇ। ਐਕਟਿਵ ਇਸ ਲਈ ਰਹਿੰਦੇ ਨੇ ਕਿ ਜੇ ਜਦੋਂ ਬੰਦਾ ਅਕਾਊਂਟੇਬਲ ਨਾ ਹੋਵੇ, ਚਰਚ ਦੇ ਮੈਂਬਰ ਵੀ, ਕਿ ਯਾਰ ਇਹ ਰੱਬ ਨੇ ਤਾਂ ਨਬੀ ਦੇ ਥਰੂ ਬੋਲ ਦੇਣਾ, ਕੀ ਹੈ, ਕੀ ਕਰਨ ਦੇ ਹੋ। ਸੋ ਉਹ ਐਕਟਿਵ ਰਹਿੰਦੇ ਨੇ, ਉਹਦੇ ਨੰਬਰ 2। ਤੀਸਰੀ ਚੀਜ਼ ਇਹ ਵੇ ਕਿ ਉਹ ਉਹਨਾਂ ਨੂੰ ਹੁਸ਼ਿਆਰ ਰੱਖਦਾ। ਠੀਕ ਹੈ। ਹਰ ਆਉਣ ਵਾਲੀ ਗੱਲ ਤੋਂ, ਹੈਂ, ਕਿ ਆਹ ਨਾ ਇਹ ਤੁਸੀਂ ਐਂ ਚਲੋ ਅਤੇ ਠੀਕ ਰਹੋਗੇ, ਵਰਨਾ ਮਤਲਬ ਹੁਸ਼ਿਆਰ ਰੱਖਦਾ।
किस तरह रखता है। ये चेलियां दे करतब 11 दी 28 है, 11 दी 28 ये वेश ना वो एक नबी सी, ठीक है, वो कहने लगा काल पै जाना है मुल्क है ना, चलो तुसी बाद ही पढ़ लेना। सो चेलियां दे करतब 11 दी 28 ते 21 दी 10 तो 14 10 ते 11 सॉरी 21 दी 10 ते 11 के जरा दोहरा दियो। हाँ जी, ਆਪਾਂ ਚੇਲਿਆਂ ਦੇ ਕਰਤੱਵ 11 ਦੀ 28 ਅਤੇ ਚੇਲਿਆਂ ਦੇ ਕਰਤੱਵ 21 ਦੀ 10 ਅਤੇ 11 ਇਹ ਨਬੀ ਦਾ ਕੰਮ ਹੈ ਕਿ ਰੱਬ ਉਹਨੂੰ ਦੱਸਦਾ ਹੈ ਕਿ ਇਹ ਮੇਰੇ ਬੱਚਿਆਂ ਨੂੰ ਦੱਸੋ, ਠੀਕ ਹੈ, ਇਹ ਪੜ੍ਹ ਦਿਓ। ਹਾਂਜੀ, ਆਪਣੇ ਹੁਸ਼ਿਆਰ ਕਰਦਾ ਹੈ ਉਹਨਾਂ ਨੂੰ, ਐਕਟਿਵ ਰੱਖਦਾ ਹੈ ਉਹਨਾਂ ਨੂੰ, ਆਇੰਦਾ ਆਉਣ ਵਾਲੀ ਜਿਹੜੀਆਂ ਕੋਈ ਡਿਜ਼ਾਸਟਰ ਨੇ ਜਾਂ ਕੁਝ ਨੇ ਉਹਨਾਂ ਤੋਂ ਦੱਸਦਾ ਹੈ, ਜਾਂ ਰੂਹਾਨੀ ਤੌਰ 'ਤੇ, ਦੁਨਿਆਵੀ ਤੌਰ 'ਤੇ, ਖਾਨਦਾਨੀ ਤੌਰ 'ਤੇ, ਬਹੁਤ ਸਾਰੀ ਇਹ ਓਪਨ ਫੀਲਡ ਹੈਗੀ ਹੈ ਨਬੀ ਦੀ। ਹਾਂਜੀ, ਪਹਿਲਾਂ ਤੁਸੀਂ ਗ੍ਰੰਥੀਆਂ ਪਹਿਲਾਂ ਗ੍ਰੰਥੀਆਂ 14 ਦੀ 3 ਵੀ ਕਹੀ ਸੀਗੀ ਜੀ। ਹਾਂਜੀ, ਕਿ ਇਹ ਇਹ ਦਾਤ ਕੀ ਹੈ, ਹਾਂ ਉਹ ਵੀ ਪੜ੍ਹ ਕੇ ਜੀ। ਹਾਂਜੀ, ਜਿਹੜਾ ਅਗਾਂਹਵਾ ਕਰਦਾ ਹੈ ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ, ਲਾਭ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਕਰਨ ਨਾਲ ਕਰਦਾ ਹੈ, ਮਨੁੱਖ ਨਾਲ ਕਰਦਾ ਹੈ, ਉਹ ਨਸੀਹਤ ਕਰਦਾ ਹੈ ਨਾ। ਹਾਂਜੀ, ਅਤੇ ਫਿਰ ਹੋ ਗਿਆ ਜੀ ਚੇਲਿਆਂ ਦੇ ਕਰਤੱਵ 11 ਦੀ 28। ਹਾਂਜੀ ਜੀ, ਅਤੇ ਉਸ ਦੇ ਵਿੱਚ ਲਿਖਿਆ ਹੈ ਇਸ ਤਰ੍ਹਾਂ, ਇੱਕ ਨੇ ਉਹਨਾਂ ਵਿੱਚੋਂ ਜਿਸਦਾ ਨਾਮ ਆਗਬੁਸ ਸੀ ਉੱਠ ਕੇ ਆਤਮਾ ਦੇ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨੀਆ ਵਿੱਚ ਵੱਡਾ ਕਾਲ ਪਏਗਾ, ਜਿਹੜਾ ਕਲੋਦੀਅਸ ਦੇ ਸਮੇਂ ਵਿੱਚ ਪੈ ਗਿਆ। ਅੱਛਾ, ਹਾਂਜੀ, ਅਤੇ ਇਹ ਹੈ। ਹਾਂਜੀ, ਇੱਕ ਨੇ ਉੱਠ ਕੇ ਦੱਸਤਾ ਵੀ ਕਾਲ ਪੈ ਜਾਣਾ। ਹਾਂ, ਠੀਕ ਹੈ, ਚੇਲਿਆਂ ਦੇ ਕਰਤੱਵ ਹੈਗਾ ਜੀ 21 ਦੀ 10। ਹਾਂਜੀ, ਅਤੇ ਜਾਂ ਅਸੀਂ ਕਈ ਦਿਨ ਉੱਥੇ ਠਹਿਰੇ ਤਾਂ ਆਗਮਬੁਸ ਨਾਂ ਦਾ ਇੱਕ ਨਬੀ ਯਹੂਦਿਆ ਤੋਂ ਉਤਰ ਆਇਆ। ਹਾਂਜੀ, ਉਸਨੇ ਸਾਡੇ ਕੋਲ ਆਣ ਕੇ ਪਲੂਸ ਦਾ ਕਮਰ ਪਟਕਾ ਚੁੱਕ ਲਿਆ ਅਤੇ ਆਪਣੇ ਹੱਥ ਪੈਰ ਬੰਨ੍ਹ ਕੇ ਕਿਹਾ, ਪਵਿੱਤਰ ਆਤਮਾ ਇਉਂ ਆਖਦਾ ਹੈ ਕਿ ਯਹੂਦੀ ਲੋਕ ਯਰੂਸ਼ਲਮ ਵਿੱਚ ਉਸ ਮਨੁੱਖ ਨੂੰ ਜਿਸਦਾ ਇਹ ਪਟਕਾ ਹੈ ਇਸ ਤਰ੍ਹਾਂ ਬੰਨਣਗੇ ਅਤੇ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਹਵਾਲੇ ਕਰਨਗੇ। ਸੋ ਇਹ ਜਦੋਂ ਵਰਸਿਸ ਅਸੀਂ ਪੜ੍ਹਨੇ ਹਾਂ, ਸਾਨੂੰ ਪਤਾ ਲੱਗ ਜਾਂਦਾ ਹੈ ਕਿ ਰਸੂਲਾਂ ਦੇ ਨਾਲ ਨਬੀ ਵੀ ਕੰਮ ਕਰਦੇ ਸਾਨੂੰ ਨਜ਼ਰ ਆ ਰਹੇ ਨੇ, ਠੀਕ ਹੈ। ਸੋ ਲੂਕਾ 11 ਦੀ 49 ਅਤੇ ਪਹਿਲਾਂ ਕਰੰਥੀਆਂ 12 ਦੀ 28 ਹੈ ਜਿਹੜੀ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ, ਠੀਕ ਹੈ। ਇਹ ਇਸ ਲਈ ਨਬੀ ਰਸੂਲਾਂ ਦੀ ਜਿਹੜਾ ਨਬੀ ਹੈ ਨਾ ਉਹ ਰਸੂਲ ਨਾਲ ਵੀ ਅਟੈਚ ਹੁੰਦਾ ਹੈ, ਇਹ ਜਿਹੜੀ ਅੱਗੇ ਵਰਸਿਸ ਤੁਸੀਂ ਪੜ੍ਹ ਲਈਆਂ ਸਨ। ਹਾਂਜੀ, ਅੱਛਾ, ਆਪਾਂ ਲੂਕਾ 11 ਦੀ, ਹਾਂ ਇਹ ਪੜ੍ਹੀ ਸੀ ਕਿ ਇਹ ਪਰਮੇਸ਼ਵਰ ਦੀ ਯੋਜਨਾ ਹੈ ਕਿ ਉਹਨੇ ਰਸੂਲ ਅਤੇ ਨਬੀਆਂ ਨੂੰ ਘੱਲਿਆ ਹੈ ਨਾ, ਅਤੇ ਫਿਰ ਇਹ ਜਿਹੜਾ ਇਹ ਭਵਿੱਖਬਾਣੀਆਂ ਕਰਕੇ ਹੈ ਨਾ, ਜਿਹੜੀਆਂ ਇਹ ਹੁਣ ਵਰਸਿਸ ਪੜ੍ਹੀਆਂ ਨੇ ਕਿ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਯੂਹੰਨਾ 16 ਦੀ 12 ਤੋਂ 15 12 ਅਤੇ 13 ਆਏ। ਯੂਹੰਨਾ 16 ਦੀ 12 13 ਹਾਂ, ਇਹ ਖਤਰਾ ਦੱਸ ਰਿਹਾ ਹੈ ਨਾ, ਇਹ ਜਿਹੜੀ ਆਲਰੇਡੀ ਪੜ੍ਹ ਲਈ ਸੀ ਅਸੀਂ ਯੂਹੰਨਾ 16 ਦੀ 11 ਤੋਂ 13 12 ਹਾਂਜੀ 12 ਤੋਂ 13 12 ਇਹ ਨਹੀਂ ਪੜ੍ਹੀ ਨਹੀਂ। ਅੱਛਾ, ਇਹ ਪੜ੍ਹ ਦਿਓ, ਮਤਲਬ ਇਹ ਦੱਸਦਾ ਹੈ ਪਰਮੇਸ਼ਰ ਨੂੰ ਪੈਗਾਮ ਦੇ ਰਿਹਾ। ਸੋ ਇਹ ਨਬੀ ਦੀ ਇਹ ਇੱਕ ਮਿਨਿਸਟਰੀ ਹੈਗੀ। ਹਾਂ, ਅੱਛਾ ਜੀ, ਯੂਹੰਨਾ ਦੀ ਅੰਜੀਲ 16 ਦੀ 12 ਔਰ 13 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਤੁਸੀਂ ਸਹਾਰ ਨਹੀਂ ਸਕਦੇ, ਪਰ ਜਦੋਂ ਉਹ ਅਰਥਾਤ ਸੱਚਾਈ ਦਾ ਆਤਮਾ ਆਵੇ ਤਾਂ ਉਹ ਸਾਰੀਆਂ ਗੱਲਾਂ ਵਿੱਚ ਤੁਹਾਡੀ ਅਗਵਾਈ ਕਰੇਗਾ, ਕਿਉਂ ਜੋ ਉਹ ਆਪਣੀ ਵੱਲੋਂ ਨਾ ਕਹੇਗਾ ਪਰ ਜੋ ਉਹ ਸੁਣੇਗਾ ਸੋ ਹੀ ਆਖੇਗਾ ਅਤੇ ਉਹ ਹੁਣ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ।
ਇਹ ਪਾਕ ਰੂਹ ਦੇ ਵਸੀਲੇ ਨਾਲ ਇਹ ਸਾਰੇ ਕੰਮ ਹੁੰਦੇ ਨੇ, ਪਾਕ ਰੂਹ ਤੋਂ ਇਲਾਵਾ ਕੋਈ ਨਹੀਂ ਜੇ, ਠੀਕ ਹੈ। ਸੋ ਇਹ ਹੀ ਹੈ ਕਿ ਯਿਸੂ ਨੇ ਕਿਹਾ ਸੀ ਬਹੁਤ ਗੱਲਾਂ ਦੱਸਣੀਆਂ ਨੇ, ਯਾਨੀ ਲੇਕਿਨ ਪਾਕ ਰੂਹ ਇਸ ਮਨਿਸਟਰੀ ਦੇ ਤਹਿਤ ਇਹ ਗੱਲਾਂ ਦੱਸਦਾ, ਔਰ ਜ਼ਾਹਿਰ ਹੈ ਕਿ ਉਹ ਕਹਿੰਦਾ ਮੇਰੇ ਕੋਲ ਲੈ ਕੇ ਦੱਸੇਗਾ, ਇਸ ਲਈ ਪਿਤਾ ਪੁੱਤਰ ਪਵਿੱਤਰ ਆਤਮਾ ਇਹ ਸਾਰੇ ਇਨਵੋਲਵ ਹੁੰਦੇ ਨੇ ਹਰ ਗੱਲ 'ਚ ਜਿੱਥੇ ਵੀ ਅਸੀਂ ਦੇਖੀਏ, ਠੀਕ ਹੈ। ਸੋ ਇਹ ਹੁਣ ਜਿਸ ਤਰੀਕੇ ਨਾਲ ਉਹ ਕਿਹੜਾ ਇੱਕ ਬਸ ਸੀਗਾ ਚੇਲਿਆਂ ਦੇ ਕਰਤੱਵ 21 ਦੀ ਕੀ ਸੀ, 10 ਅਤੇ 11 ਪੜ੍ਹੀ ਸੀ ਅਸਾਂ ਚੇਲਿਆਂ ਦੇ ਕਰਤੱਵ 10 ਅਤੇ 11 ਹਾਂ ਨਵੇਂ ਨਵੇਂ 21 ਪੜ੍ਹ ਲਈ ਪੜ੍ਹ ਲਈ ਸੀ, ਇਹ ਉਹਨੇ ਪਟਕਾ ਲਿਆ ਹੈ ਨਾ, ਹਾਂ ਸਾਰਾ ਕੁਛ ਕੀਤਾ। ਸੋ ਇਹਦੇ ਇਲਾਵਾ ਵੀ ਯਿਸੂ ਨੇ ਤਾਂ 12 ਰਸੂਲ ਚੁਣੇ ਸਨ ਜੀ, ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਪਾਲੂਸ ਰਸੂਲ ਵੀ ਹੋ ਗਿਆ, ਔਰ ਜਿਹੜਾ ਸਲਾਸ ਹੈ ਉਹ ਵੀ ਰਸੂਲਾਂ ਦੇ ਲਿਸਟ 'ਚ ਆ ਜਾਂਦਾ ਹੈ। ਸੋ ਇਹ ਇੱਕ ਇਹਦੇ ਵਿੱਚ ਕੋਈ ਸਵਾਲ ਹੈ ਤੇ ਪ੍ਰੋਫਿਟ ਆਪਾਂ ਕਰ ਰਹੇ ਹਾਂ, ਹਾਂ ਹਾਂਜੀ ਇਹਦੇ ਵਿੱਚ ਸਵਾਲ ਹੈਗੇ ਆ ਜੀ, ਉਹ ਦੇਖ ਲਓ ਕਿਉਂਕਿ ਇਹ ਹੀ ਇੱਕ ਗੱਲ ਸੀ ਕਿ ਇਹ ਉਹਦਾ ਐਟਰੀਬਿਊਟ ਹੈ। ਹਾਂ ਮਤਲਬ ਹੈਗਾ ਜੀ ਪ੍ਰੋਫਿਟ ਦਾ ਜਿਹੜਾ ਮੇਨ ਜਿਹੜਾ ਕੰਮ ਹੈਗਾ ਪ੍ਰੋਫੈਸੀ ਕਰਨਾ ਜਾਂ ਨਬੂਵਤ ਕਰਨਾ, ਅਤੇ ਉਹ ਪਰ ਵਾਰਨਿੰਗ ਵੀ ਦਿੰਦਾ ਹੈਗਾ ਲੋਕਾਂ ਨੂੰ ਸਹੀ ਰਸਤੇ 'ਤੇ ਲੈ ਕੇ ਆਉਂਦਾ, ਉਹ ਆਪਣੇ ਕੋਲੋਂ ਨਹੀਂ ਦੱਸਦਾ ਪਰਮੇਸ਼ੁਰ ਕੋਲੋਂ ਲੈ ਕੇ ਦੱਸ ਉਹ ਦੱਸਦਾ ਹੈ। ਬਿਲਕੁਲ ਹਾਂਜੀ, ਅਤੇ ਅੱਜ ਕੱਲ੍ਹ ਦੇਖੋ ਜਿਹੜਾ ਕੰਮ ਪ੍ਰੋਫਿਟ ਜਿਹੜਾ ਸੋਰੀ ਰਸੂਲਾਂ ਦਾ ਹੈਗਾ, ਦੂਸਰਾ ਕੰਮ ਹੈਗਾ ਉਹ ਇਹਦੇ ਨਾਲੋਂ ਵੱਖਰਾ ਹੈਗਾ, ਪਰਮੇਸ਼ੁਰ ਤੋਂ ਲੈ ਕੇ ਦੱਸਦਾ ਆਹ ਮੈਸੇਜ ਆ। ਸਹੀ, ਇਹਦੇ ਵਿੱਚ ਜੀ ਕੰਮ ਬਹੁਤ ਖਤਰਨਾਕ ਹੈਗਾ ਇਹ ਮੈਨੂੰ। ਅੱਛਾ, ਮੈਨੂੰ ਇਹ ਕਿਉਂਕਿ ਇਹਦੇ ਵਿੱਚ ਬੜਾ ਡਰ ਹੈਗਾ ਕਰਨ ਦੇ ਵਿੱਚ, ਬੋਲਣ ਦੇ ਵਿੱਚ, ਕਿਉਂਕਿ ਤਾਂ ਕਿ ਜਿਹੜੀ ਪ੍ਰੋਫੈਸੀ ਹੁੰਦੀ ਆ ਅੱਜ ਦੇ ਸਮੇਂ ਦੇ ਵਿੱਚ ਪ੍ਰੋਫਿਟ ਜਿਹੜਾ ਕਰਦਾ ਹੈਗਾ ਕਿ ਉਹ ਕਈ ਵਾਰੀ ਨਹੀਂ ਪੂਰੀ ਹੁੰਦੀ, ਜਾਂ ਉਹ ਝੂਠਾ ਨਵੀ ਆ, ਜਾਂ ਉਹ ਕੀ ਹੈਗਾ ਆ, ਓਕੇ ਜਿਹੜਾ ਝੂਠਾ ਨਵੀ ਜਿਹੜਾ ਕਹਿ ਦਿੰਦੇ ਆ ਉਹ ਕੀ ਹੁੰਦਾ ਪਹਿਲਾਂ ਦੇਖਦੇ। ਦੇਖੋ ਪੁਰਾਣੇ ਐਦਨਾਮੇ ਦੇ ਵਿੱਚ ਵੀ, ਬਲਕਿ ਨਏ ਪੁਰਾਣੇ ਅਤੇ ਨਵੇਂ ਨਿਯਮ ਵਿੱਚ, ਠੀਕ ਹੈ, ਪੁਰਾਣੇ ਨਿਯਮ ਵਿੱਚ ਤਾਂ ਸਿੱਧਾ ਸਿੱਧਾ ਵੀ ਜਿਹੜਾ ਨਬੀ ਗੱਲ ਕਰਦਾ ਉਹ ਪੂਰੀ ਨਾ ਹੋਏ ਤਾਂ ਉਹ ਝੂਠਾ ਨਬੀ ਹੈ, ਠੀਕ ਹੈ। ਅੱਛਾ, ਨਵੇਂ ਨਿਯਮ ਦੇ ਵਿੱਚ ਵੀ ਮਤੀ 24 ਦੇ ਵਿੱਚ, ਓਕੇ ਉਹ ਆਪਾਂ ਪੜ੍ਹ ਦਈਏ ਜੀ ਪੁਰਾਣੇ ਨਿਯਮ ਦਾ। ਹਾਂਜੀ, ਨਵੇਂ ਨਿਯਮ ਦਾ ਪਹਿਲੇ ਪੜ੍ਹ ਲਓ, ਠੀਕ ਹੈ। ਮਤੀ 24 'ਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਨਾ, ਹੈ ਨਾ, ਕਿ ਤੀਸਰੀ ਆਇਤ ਤੋਂ ਗਾਂ ਇਹ ਦੇਖੋ ਝੂਠੇ ਨਬੀ ਆਉਣਗੇ, ਠੀਕ ਹੈ। ਸੋ ਝੂਠੇ ਨਬੀ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਪ੍ਰੋਫਸੀਸ ਕਰਨਗੇ, ਲੇਕਿਨ ਉਹ ਪੂਰੀਆਂ ਨਹੀਂ ਹੋਣਗੀਆਂ, ਠੀਕ ਹੈ, ਝੂਠਾ ਜੋ ਹੋਇਆ। ਸੋ ਇਹਦੇ ਵਿੱਚ ਹੋਰ ਕੋਈ ਬਰੀਕ ਗੱਲ ਤੁਹਾਡੇ ਜ਼ਿਹਨ ਵਿੱਚ ਹੈਗੀ ਹੈ? ਹਾਂ ਹਾਂ ਉਹ ਕੱਢੋ। ਹਾਂ ਉਹੀ ਮੈਂ ਉੱਥੇ ਕੀ ਆ ਰਿਹਾ ਜੀ ਜੀ, ਅਤੇ ਬਹੁਤ ਝੂਠੇ ਨਵੀ ਆਉਗੇ ਜਿਹੜੀਆਂ, ਮਤਲਬ ਕਿ ਉਹ ਰੱਬ ਵੱਲੋਂ ਨਹੀਂ ਗੱਲਾਂ ਹੋਊਗੀਆਂ, ਉਸ ਤਰ੍ਹਾਂ ਹੋ ਜਾਏਗਾ। ਹਾਂਜੀ, ਕਿਉਂਕਿ ਆਪਣੇ ਵੱਲੋਂ ਕਹਿ ਰਹੇ ਹੈਗੇ, ਅਤੇ ਇਹਦੇ ਵਿੱਚ ਜੀ ਠੀਕ ਹੈ, ਜਦੋਂ ਕੋਈ ਸੱਚਾ ਨਵੀ ਵੀ ਜਦੋਂ ਕੋਈ ਪ੍ਰੋਫੈਸੀ ਕਰਦਾ ਹੈ। ਅੱਛਾ, ਹੁਣ ਸੱਚੇ ਨਹੀਂ ਪਹਿਲੇ ਇੱਧਰ ਵੀ ਆ ਜਾਓ, ਨਹੀਂ ਉਹੀ ਆਪ ਝੂਠੇ ਵਾਲੇ ਆਵਾਂਗੇ ਲਿਆ ਕੇ। ਜੀ ਜੀ, ਜਦੋਂ ਕੋਈ ਸੱਚਾ ਨਵੀ ਵੀ ਪ੍ਰੋਫੈਸੀ ਜੇ ਕੋਈ ਕਰਦਾ ਹੈ, ਅੱਛਾ, ਕਈ ਵਾਰੀ ਖੁੱਲ੍ਹ ਕੇ ਸਾਰਿਆਂ ਨੂੰ ਕਹੋ ਖੁੱਲ੍ਹ ਕੇ, ਹਾਂ ਖੁੱਲ੍ਹ ਕੇ ਖਬਰ, ਜੇ ਕੋਈ ਸੱਚਾ ਨਵੀ ਵੀ ਜੋ ਪਰਮੇਸ਼ੁਰ ਵੱਲੋਂ ਹੀ ਹੋਇਆ ਇਸ ਹੈਗਾ ਵੀ ਰੱਬ ਇਸ ਤਰ੍ਹਾਂ ਚਾਹੁੰਦਾ ਹੈ, ਪਰ ਕਈ ਵਾਰ ਇੱਦਾਂ ਵੀ ਹੁੰਦਾ ਉਹਦੇ ਪਿੱਛੇ ਕੋਈ ਸ਼ਰਤ ਹੁੰਦੀ ਹੈ, ਅਗਰ ਹੁਣ ਉਹ ਸ਼ਰਤ ਨਹੀਂ ਬੰਦਾ ਉਸ ਮੁਤਾਬਕ ਚੱਲਦਾ ਅਤੇ ਉਹ ਕੰਮ ਨਹੀਂ ਹੁੰਦਾ ਅਤੇ ਆਪਾਂ ਕਹਿ ਦਈਏ ਜੀ ਝੂਠਾ ਨਵੀ ਸਕਾ। ਅੱਛਾ, ਹਾਂਜੀ, ਜਿਸ ਤਰ੍ਹਾਂ ਮੂਸਾ ਨੂੰ ਰੱਬ ਨੇ ਭੇਜਿਆ, ਆਓ ਅਸੀਂ ਤੁਹਾਨੂੰ ਇੱਥੋਂ ਮਿਸਰ ਦੇ ਵਿੱਚੋਂ ਮੈਂ ਤੁਹਾਨੂੰ ਕੱਢ ਕੇ ਲੈ ਕੇ ਜਾਵਾਂਗੇ ਪ੍ਰੋਮਿਸ ਲੈਂਡ ਦੇ ਵਿੱਚ, ਵਾਅਦਾ ਕੀਤੇ ਹੋਏ ਤੇ, ਅਤੇ ਸਿਰਫ ਦੋ ਹੀ ਜਾਣੇ ਜਾ ਸਕੇ। ਹਾਂ ਹਾਂਜੀ, ਅਤੇ ਕੀ ਉਹ ਮੂਸਾ ਝੂਠ ਬੋਲਦਾ ਸੀਗਾ? ਕੀ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਏ ਹੈਗੇ ਆ, ਕਿਉਂਕਿ ਕਈ ਵਾਰੀ ਰੱਬ ਵਾਅਦਾ ਕਰਦਾ ਅਤੇ ਆਪਾਂ ਸੱਚਾ ਝੂਠਾ, ਜੇ ਪ੍ਰੋਫਸੀ ਨਹੀਂ ਪੂਰੀ ਹੋਈ ਤਾਂ ਝੂਠੀ ਆ, ਜੇ ਪੂਰੀ ਹੋਈ ਤਾਂ ਝੂਠੀ, ਇਹਦੀ ਬਰੀਕੀ ਦੇ ਵਿੱਚ ਜਾਣਾ ਚਾਹੁੰਦੇ ਹਾਂ। ਅੱਛਾ, ਬਰੀਕੀ 'ਚ, ਹਾਂ,
ਤੇ ਸੋ ਕਿ ਜਦੋਂ ਕੋਈ ਰੱਬ ਅੱਜ ਕੋਈ ਸੱਚਾ ਨਬੀ ਵੀ ਪ੍ਰੋਫੈਸੀ ਕਰਦਾ ਤੇ ਅਗਰ ਉਹ ਨਹੀਂ ਪੂਰੀ ਹੋਈ ਤਾਂ ਝੂਠੀ ਅੱਜ ਝੂਠਾ ਨਬੀ ਆ ਕਿ ਇਸ ਤਰ੍ਹਾਂ ਹੀ ਹੁੰਦਾ ਜਾਂ ਉਹ ਇਨਸਾਨ ਤੇ ਵੀ ਕੁਝ ਡਿਪੈਂਡ ਕਰਦਾ ਹੈਗਾ ਉਹਦੀ ਵੀ ਕੋਈ ਫਰਜ਼ ਹੁੰਦਾ ਉਹਦੀ ਵੀ ਕੋਈ ਜ਼ਿੰਮੇਵਾਰੀ ਹਾਲੇਲੂਇਆ ਇਹ ਬਹੁਤ ਹੀ ਯਾਰ ਅੱਛੀ ਗੱਲ ਹੈ ਦੇਖੋ ਜੇ ਨਬੀ ਸੱਚਾ ਹੈ ਹਾਂਜੀ ਉਹਨੇ ਇੱਕ ਪ੍ਰੋਫੈਸੀ ਕੀਤੀ ਦੋ ਗੱਲਾਂ ਗੱਲ ਤਾਂ ਵੈਸੇ ਇੱਕ ਹੀ ਹੋਣੀ ਚਾਹੀਦੀ ਨੰਬਰ ਇੱਕ ਕਿ ਪ੍ਰੋਫਸੀ ਹੋ ਗਈ ਔਰ ਪ੍ਰੋਫਸੀ ਨੂੰ ਰਿਸੀਵ ਕਰਕੇ ਉਹਨੂੰ ਐਕਟੀਵੇਟ ਕਰਨਾ ਹੁੰਦਾ ਇਹ ਯਾਦ ਰੱਖਣਾ ਠੀਕ ਹੈ ਔਰ ਜਦੋਂ ਕੋਈ ਪ੍ਰੋਫਸੀ ਕਿਸੇ 'ਤੇ ਹੁੰਦੀ ਹੈ ਭਵਿੱਖਬਾਣੀ ਹੁੰਦੀ ਹੈ ਜੇ ਉਹ ਬੰਦਾ ਹੁਣ ਇੱਥੇ ਪਹਿਲੀ ਤਾਂ ਇਹ ਗੱਲ ਹੈ ਕਿ ਪਹਿਲਾ ਕਰੰਥੀਆਂ 14:29 ਦੇ ਮੁਤਾਬਿਕ ਅਸੀਂ ਪ੍ਰੋਫਿਟ ਨੂੰ ਨਹੀਂ ਪ੍ਰੋਫਸੀ ਨੂੰ ਚੈੱਕ ਕਰਨਾ ਯਾਨੀ ਭਵਿੱਖਬਾਣੀ ਨੂੰ ਚੈੱਕ ਕਰਨਾ ਠੀਕ ਹੈ ਪ੍ਰੋਫਿਟ ਨੂੰ ਨਹੀਂ ਉਹਨੂੰ ਛੱਡ ਦਿਓ ਹੁਣ ਪ੍ਰੋਫਸੀ ਇਹ ਵੇ ਕਿ ਉਹਨੂੰ ਪਰਖੋ ਹੁਣ ਪਰਖਣੇ ਦੇ ਵਿੱਚ ਕੀ ਹੈ ਨੰਬਰ ਇੱਕ ਜਿਹਦੇ 'ਤੇ ਪ੍ਰੋਫਸੀ ਹੋਈ ਹੈ ਜਾਂ ਉਹਨੇ ਉਹਨੂੰ ਐਕਟੀਵੇਟ ਕੀਤਾ ਕਿ ਨਹੀਂ ਕੀਤਾ ਉਹਨੇ ਉਹਨੂੰ ਉਹਦੇ ਉਹਨੂੰ ਐਕਸੈਪਟ ਕੀਤਾ ਕਿ ਨਹੀਂ ਕੀਤਾ ਬਾਜ਼ ਪ੍ਰੋਫਸੀਜ਼ ਐਸੀਆਂ ਨੇ ਜਿਹੜੀਆਂ 40-40 ਸਾਲ ਇਹਦਾ ਮਤਲਬ ਹੈ ਨਬੀ 'ਚ ਕੋਈ ਫਰਕ ਨਹੀਂ ਪ੍ਰੋਫਸੀ 'ਚ ਫਰਕ ਨਹੀਂ ਫਰਕ ਉਸ ਬੰਦੇ 'ਚ ਕਿ ਉਹਨੇ ਉਹਨੂੰ ਲਿਆ ਹੀ ਨਹੀਂ ਐਕਟੀਵੇਟ ਨਹੀਂ ਕੀਤਾ ਜਦੋਂ ਹੀ ਕੋਈ ਬੰਦਾ ਉਸ ਪ੍ਰੋਫਸੀ ਨੂੰ ਐਕਟੀਵੇਟ ਕਰਦਾ ਸੈਕਿੰਡ ਸਟੈਪ ਜਿਹੜਾ ਦੂਸਰਾ ਕਰੰਥੀਆਂ 13:1 ਦੇ ਮੁਤਾਬਿਕ ਉਹ ਐਕਟੀਵੇਸ਼ਨ ਜਦੋਂ ਹੋ ਜਾਂਦੀ ਹੈ ਤਾਂ ਖੁਦਾ ਹੋਰਾਂ 2-3 ਜਗ੍ਹਾ ਤੋਂ ਉਹਨਾਂ ਨੂੰ ਕਨਫਰਮ ਕਰਦਾ ਇਹਦਾ ਮਤਲਬ ਕੀ ਹੋ ਗਿਆ ਪ੍ਰੋਫਿਟ ਵੀ ਠੀਕ ਹੈ ਪ੍ਰੋਫਸੀ ਵੀ ਠੀਕ ਹੈ ਫਰਕ ਕਿਹਦੇ 'ਚ ਆ ਗਿਆ ਉਸ ਬੰਦੇ ਨੇ ਉਹਨੂੰ ਲਿਆ ਹੀ ਨਹੀਂ ਆਟੋਮੈਟਿਕਲੀ ਨਹੀਂ ਹੁੰਦੀ ਦੱਸਣਾ ਹੁੰਦਾ ਅਨਾਊਂਸ ਕਰਨਾ ਹੁੰਦਾ ਓਕੇ ਹੁਣ ਕਰਨਾ ਕੀ ਪੈਂਦਾ ਇਹਦੇ ਲਈ ਇਹ ਇੱਕ ਵਜ੍ਹਾ ਹੈ ਕਿ ਉਹ ਪੂਰੀ ਨਹੀਂ ਹੁੰਦੀ ਔਰ ਲੋਕ ਕਹਿੰਦੇ ਕਿ ਉਹ ਮੇਰੇ 'ਤੇ ਪ੍ਰੋਫਸੀ ਹੋਈ ਸੀ ਉਹ ਪ੍ਰੋਫਿਟ ਹੀ ਝੂਠਾ ਹੋਣਾ ਪ੍ਰੋਫਸੀ ਗਲਤ ਹੋ ਗਈ ਨਹੀਂ ਇੱਕ ਤਾਂ ਇਹ ਵਜ੍ਹਾ ਔਰ ਦੂਸਰੀ ਇਹ ਵਜ੍ਹਾ ਹੈ ਕਿ ਕਰਨਾ ਕੀ ਪੈਂਦਾ ਮਸੀਹ ਯਸੂ ਸਾਡੇ ਸਵਰਗੀ ਪਿਤਾ ਇਹ ਤੁਹਾਡੇ ਦਾਸ ਨੇ ਆਹ ਪ੍ਰੋਫਸੀ ਕੀ ਹੈ ਜੇ ਤੁਹਾਡੇ ਵੱਲੋਂ ਨੇ ਅਤੇ ਮੈਂ ਚਾਹੁੰਦਾ ਕਿ ਇਹ ਮੇਰੀ ਅਤੇ ਮੇਰੇ ਖਾਨਦਾਨ ਦੇ ਵਿੱਚ ਇਹ ਐਕਟੀਵੇਟ ਹੋ ਜਾਏ ਇਹਦਾ ਮਤਲਬ ਇਹ ਵੇ ਕਿ ਅਸੀਂ ਉਹਨੂੰ ਐਕਸੈਪਟ ਕਰਕੇ ਮੂੰਹ ਬੋਲ ਦਿੱਤਾ ਕਿਉਂਕਿ ਜੇ ਬੋਲਿਆ ਤਾਂ ਖੁਦਾ ਉਹਨੂੰ ਕਰੇਗਾ ਸੈਕਿੰਡ ਸਟੈਪ ਪ੍ਰੋਫਸੀ ਹੁੰਦਿਆਂ ਹੀ ਨਾ ਨੱਸ ਪਾਓ ਕਿਉਂਕਿ ਟਾਈਮ ਹੁੰਦਾ ਟਾਈਮ ਹੁੰਦਾ ਠੀਕ ਹੈ ਟਾਈਮ ਹੈ ਹੁਣ ਟਾਈਮ ਦਾ ਵੀ ਇੱਕ ਖੁਦਾ ਦੋ ਚੀਜ਼ਾਂ ਨਾਲ ਕੰਸਰਨ ਹੈ ਸਰ ਜੀ ਇੱਕ ਟਾਈਮ ਅਤੇ ਜਗ੍ਹਾ ਇਹ ਜਦੋਂ ਦੋਏ ਚੀਜ਼ਾਂ ਟਾਈਮ ਅਤੇ ਜਗ੍ਹਾ ਕਲਿੱਕ ਹੁੰਦੀ ਹੈ ਫਿਰ ਇਹ ਚੀਜ਼ਾਂ ਪੂਰੀਆਂ ਹੁੰਦੀਆਂ ਸੋ ਸੈਕਿੰਡ ਜਦੋਂ ਅਸੀਂ ਇਹ ਕਰ ਦਿੰਦੇ ਹਾਂ ਫਿਰ ਵੇਟ ਕਰਨਾ ਹੁੰਦਾ ਹੈ ਵੇਟ ਸਟਿਲ ਇਹ ਨਹੀਂ ਕਿ ਮੂੰਹ ਬੰਦ ਰੱਖਣਾ ਵੇਟ ਕਰਨੇ ਤੋਂ ਮੁਰਾਦ ਇਹ ਵੇ ਕਿ ਅਸੀਂ ਖੁਦਾ ਨੂੰ ਫੋਰਸ ਨਹੀਂ ਕਰ ਸਕਦੇ ਲਾਰਡ ਡੂ ਇਟ ਨਾਓ ਨੋ ਅਸੀਂ ਵੇਟ ਕਰਨਾ ਇਹ ਉਹਦੀ ਮਰਜ਼ੀ ਕਦੋਂ ਹੋਏ ਲੇਕਿਨ ਇਹ ਸਟੈਪਸ ਅਸੀਂ ਲੈ ਕੇ ਸਬਰ ਦੇ ਨਾਲ ਆਸ ਰੱਖ ਕੇ ਇਹ ਦੇਖਣਾ ਕਿ ਕੀ ਹੋ ਰਿਹਾ ਸੋ ਇੱਕ ਤਾਂ ਇਹ ਵਜ੍ਹਾ ਹੈਗੀ ਹੈ ਹਾਂ ਔਰ ਦੂਸਰਾ ਇਹ ਵੀ ਆਪਾਂ ਦੇਖਣਾ ਹੁੰਦਾ ਜੀ ਜਿਹੜਾ ਵੀ ਪ੍ਰੋਫੈਸੀ ਉਹ ਬਚਨ ਦੇ ਮੁਤਾਬਕ ਹੋਰ ਵਿੱਚੋਂ ਦੇਖਣਾ ਜੀ ਇਹ ਤਾਂ ਪਹਿਲੀ ਗੱਲ ਹੈ ਪਰਖਣਾ ਕਹਿੰਦੇ ਹਾਂ ਪਰਖਣਾ ਦੇਖੋ ਜੀ ਇਹ ਵਚਨ ਹੈ ਨਾ ਇਹ ਉਹ ਇਹ ਕਸਵੱਟੀ ਹੈ ਕਸੋਟੀ ਹੈ ਕਸਵੱਟੀ ਜਿਹੜੀ ਸੁਨਿਆਰਾਂ ਕੋਲ ਹੁੰਦੀ ਹੈ ਹੈਂ ਹੁਣ ਹਰ ਚਮਕਦੀ ਸ਼ਾਇਦ ਸੋਨਾ ਤਾਂ ਨਹੀਂ ਹੁੰਦੀ ਉਹ ਫਿਰ ਉਹ ਕੋਈ ਸੋਨਾ ਖੜੋ ਨਾ ਅਤੇ ਉਹ ਪਹਿਲੇ ਤਾਂ ਉਂਝ ਹੀ ਵੇਖ ਲੈਂਦੇ ਨੇ ਫਿਰ ਕਹਿੰਦੇ ਨੇ ਉਹ ਉਹਨੂੰ ਥੋੜ੍ਹਾ ਜਿਹਾ ਇੰਝ ਕਰਦੇ ਨੇ ਨਾ ਉਹ ਪਤਾ ਲੱਗ ਜਾਂਦਾ ਸੋ ਇਹ ਜੋ ਕੋਈ ਵੀ ਪ੍ਰੋਫਸੀ ਹੈ ਉਹ ਇਹਦੇ ਬਾਈਬਲ ਦੇ ਵਿੱਚੋਂ ਚੈੱਕ ਕਰਨੀ ਪੈਂਦੀ ਹੈ ਇਹੀ ਪਰਖਣਾ ਹੁੰਦਾ ਹੈ ਕਿ ਇਹਦੇ ਵਿੱਚੋਂ ਗੁਜ਼ਾਰੋ ਰਿਜ਼ਲਟ ਸਾਹਮਣੇ ਆ ਜਾਏਗਾ ਸੋ ਮੇਨ ਗੱਲ ਇਹ ਹੈ ਕਿ ਇਹ ਗੱਲ ਹੈ ਠੀਕ ਹੈ ਜਦੋਂ ਅਸੀਂ ਇਹ ਸੱਚੀ ਪ੍ਰੋਫਿਟ ਦੀ ਗੱਲ ਤੁਸੀਂ ਕੀਤੀ ਹੈ ਉਹਦੇ ਇਹੀ ਅਸੂਲ ਨੇ
फिर वह गल अपने टाइम तो पूरी होंगी पूरी होगी। खुदा ने इब्राहिम नाल वादा किया जदों 75 साल का यार वो उत्पत्ति उदी द बुक ऑफ जेनेसिस दे विच जदों वो 18 चैप्टर च आ गया ना तो कह रहा है खुदाया मैं तो एवें लगा ही जा रहा मेरा है जरा जो कुछ भी तू दिता है ही समझेगा नौकर तो फिर उत्थे कहा कि नहीं तेरे विचों मैं एक इजहाक की गल हो रही तो इजहाक 100 साल का 25 साल उन्होंने वेट होया ना वेट है 25 साल उन्होंने मिल गया। सो डिपेंड करता है सर कि बहुत सारिया चीज़ा ने। हाँ और तुसी ये बहुत बढ़िया कहा जी भी किसी प्रोफेसी नु जो भी आती है कहना परमेश्वर जी अगर तेरे वालों हाँ तो तेरी मर्जी पूरी वरना कैंसल हो जाए। हाँ मैं अवेलेबल हाँ। है नहीं तो कैंसल हो जाए ठीक है। और आप इदा ही करना जे कोई प्रोफेसी हुई है इस तरह नहीं कहना ये नहीं हो सकता इदा नहीं हो सकता इदा कि हो जाएगा नहीं असं क्लेम कर रहे क्लेम पॉजिटिव अगर है हो जाए अगर तेरे वालों परमेश्वर हो जाए अगर असि उत्ते नैगेटिव करते हैं इदा नहीं इदा नहीं हो रहे होनी है कि नहीं फिर नहीं होती फिर नहीं होना ओदी मैनू एग्जाम्पल चेता आ गई जो जकरिया दूत आया ना ओनू कहा भी तेरे घर बेटा होगा ओदा ना तू जोहन्ना रखना वो कहिंदा मैं बुढ़ा होया इदा कि हो जाऊगा कहिंदा तेरा मुँह बंद बोल ही नहीं सकिया कहते बंद किया परमेश्वर अगर तेरे वालों पूरी हो दसो मैं की करा कई बार अपने शब्द असि कुछ करना होंगे तैयारी करना प्रेयर करना उसके बारे पूछना कलैरिटी लेना डबल चेक करना हाँ जी परमेश्वर कई बार और वेट करके हाँ। विश्वास से खड़ोना ये पूरी होनी है बिल्कुल जी 25 साल बाद उन्हें बचा मिले वरना तो उदो ही हो जाए। हाँ अच्छा गल की कह दी है कि पहले वादा किया उन्हें 12 तो शुरू कर दो उत्पत्ति दे करद्या करद्या फिर 18 चैप्टर कहता हूँ अगले साल हो जाऊगा उदों वो 99 ते साल दी सी सारा तो 100 साल का हो गया एनीवे मतलब ये कहन दा ये जड़े बी एम जो भी देखो जबूर 141 वर्स 3 दे विच लिखे है मेरे मुँह ते पैरा बिठा ये मेरे ये जड़े दरवाजे ने ए बुल इन्हां उत्ते पैरा बिठा दे जिहड़ी चीज़ इहदे विचों निकलदी है ये जो असी बोलने हैं एक किस्म के बीज ने सीड ने तो जे असी पॉजिटिव बोलांगे पॉजिटिव बीज सुटांगे तो फसल भी तो चंगी कट इसलिए खुदा ने उदा मुँह बंद कर दिता ओए की मतलब तू की मेरा प्लैन है हाँ तो तू एवें बिच बोलन दिया बुढ़ा हो गया ये हो गया सो ये इसलिए वो सारा हस पई सी खुदा ने कहा तू यसू सी यसू ने कहा गल सुन दो फरिश्ते एक यसू किड़े रूप थियोफनी ने अच्छा वो उन्हें कहा तू क्यों हसी वो कह लगी नहीं मैं नहीं हसी मतलब ये सी हूँ मेरे विचों की सो हमेशा जो प्रोफसी होंगी है उन्हें एक्टिवेट करो खुदावंद जे तेरे वालों असी तैयार और फिर वेट करो छेती नहीं करनी जिनी देर तक वो फिर खुदा दो तीन चीज़ा तो देखो दस तो देंदा ग्राउंड नहीं तैयार हुई सो ये तो झूठा नबी तो झूठा ही है झूठा नबी की करते हैं झूठे नबी चो जे पाक रूह के तीन गिफ्ट इतने दसे ने ना जेडे कि गुप्त काम करते हैं कि वो डिसरनिंग ऑफ स्पिरिट रूहां का परखना तो किसी का पास तो प्रेजेंट के बारे तो किसी का थोड़ा जहा फ्यूचर के बारे ये अविश्वासियों भी होंगे ने बेसिकली वो प्रोफसी नहीं करते वो देखो या खुदा वालों होंगी है तो या शैतान वालों या इंसान के अपने वालों तो वो बंदा जड़ा है वो मसीह भी हो सकता है वो ठीक ठाक पाक रूह नाल भरया हो सकता है चूंकि वो कहता है जे हुण मैं मीटिंग करन आया या मीटिंग जाया तो मैं प्रोफसी नहीं की लोग कहीं जा आखण के देखो ये चीज़ा सुपर क्रिश्चन नहीं बना दियाँ
या जी मैं हूँ प्रोफसी करना या मैं आई प्रोफोसाई एवं वो ये प्रोफसी की है। प्रोफसी ये वे कि अचानक ये नहीं तुसी कर सकते, टीचिंग प्रीचिंग जड़ी है वो प्री प्लैंड हो सकती है। तुसी ये दाता की गल कर रही हैं, ये जदों प्रॉफिट की मिनिस्ट्री होंदी है दैट इज अलग गल, ये हुण एक दात नूं कन्वर्ट किंज करना। एनीवे सो ये जड़ी वो लोग लोकां विच वर्ड ऑफ नॉलेज वर्ड ऑफ विजडम डिसर्निंग ऑफ स्पिरिट नाल वो इंसान वालों भी चलते ने, शैतान वालों भी होंदा है कि वो उन्हां दा फ्यूचर दसणगे पास दसणगे लेकिन वो पूरी नहीं होगी है होई वो एकदम उन्हां नूं स्टडी कर लैणगे। साइकिक लोग ने ना वो देखते हैं वो फोर हैड यानी अगे दियां गल्लां उन्हों मत्थे वेख के दस देते हैं, तो इसलिए ये एक देखना पैंदा है कि ये बड़ा डीप जा सब्जेक्ट। तो हाले अपने को है दो चार मिनट नहीं नहीं खोलो जी 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 प्लीज इन्हों खोलो। जो कोई भी प्रोफेसी होंगी हैगी किसी दे लई भई रब तुहानू आह इस्तेमाल करना चाहुंदा इस तरह करेगा इस तरह करेगा, तो कई वो फिर इंसान दे बंदे दे जिहड़ा भी हैगा ਉਹਦਾ ਲਈ ਕੋਈ ਸ਼ਰਤ ਕੁਛ ਕਈ ਵਾਰੀ ਹੁੰਦੀ ਆ ਉਹ ਵੀ ਅੱਗੇ ਵਧੇ। ਕਈ ਵਾਰੀ ਇਸ ਤਰ੍ਹਾਂ ਹੁੰਦਾ ਜੀ ਉਹ ਉੱਥੇ ਹੀ ਬਹਿ ਜਾਂਦਾ ਆ ਕਿ ਜੀ ਹੁਣ ਸਾਰਾ ਕੰਮ ਆਪੇ ਹੋ ਜਾਣਾ ਆ, ਹਾਂਜੀ ਮੈਨੂੰ ਕੁਛ ਕਰਨ ਦੀ ਲੋੜ ਨਹੀਂ ਹੈਗੀ ਯਾ ਹਾਂਜੀ। ਅਤੇ ਉੱਥੇ ਉਸ ਪ੍ਰੋਫੈਸੀ ਦੇ ਲਈ ਸਿਰਫ ਪ੍ਰੇਅਰ ਦੇ ਨਾਲ ਨਾਲ ਜਿਹੜੀ ਵੀ ਕਾਲਿੰਗ ਹੈਗੀ ਉਹਦੇ ਮੁਤਾਬਕ ਆਪਣੇ ਆਪ ਨੂੰ ਤਿਆਰ ਕਰਨਾ ਵੀ ਹਾਂਜੀ ਤਿਆਰ ਇਹ ਵੇ ਕਿ ਡੈਫੀਨੇਟ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਹ ਮੇਰੇ 'ਤੇ ਪ੍ਰੋਫਸੀ ਹੋਈ ਹੈ ਠੀਕ ਹੈ ਔਰ ਉਹਨੂੰ ਕਰਨਾ ਕੀ ਚਾਹੀਦਾ, ਉਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੇਰੀ ਕਾਲਿੰਗ ਕੀ ਹੈਗੀ ਹੈ, ਮੈਨੂੰ ਕਿਸ ਉਹਦੇ ਵਿੱਚ ਖੁਦਾ ਯੂਜ਼ ਕਰਨਾ ਚਾਹੁੰਦਾ। ਜਿਸ ਤਰ੍ਹਾਂ ਹੁਣੇ ਅਸੀਂ ਇਹ ਦੇਖਿਆ ਉੱਥੇ ਕਿ ਪਾਲੂਸ ਲਈ ਹਨਨੀਆਂ ਨੂੰ ਖੁਦਾ ਯਸੂ ਦੱਸ ਰਿਹਾ ਕਿ ਬਈ ਇਹਨੂੰ ਮੈਂ ਪ੍ਰੋਫਸੀ ਹੋਈ ਨਾ ਕਿ ਇਹ ਮੇਰੀ ਜਗ੍ਹਾ ਦੁੱਖ ਚੁੱਕੇਗਾ ਉਸ ਜਗ੍ਹਾ ਜਾਏਗਾ ਬਾਦਸ਼ਾਹਾਂ ਦੇ ਕੋਲ ਸਾਰੀ ਜਗ੍ਹਾ ਤਾਂ ਕਿ ਮੇਰਾ ਪ੍ਰਚਾਰ ਕਰੇ। ਹੁਣ ਉਹਨੂੰ ਇਹ ਜਿਹੜਾ ਹੈ ਜਿਹੜੀ ਪ੍ਰੋਫਸੀ ਹੋਈ ਹੈ ਉਹਦੇ ਵਿੱਚ ਗਿਫਟ ਵੀ ਪਤਾ ਲੱਗ ਜਾਂਦਾ ਬੰਦੇ ਨੂੰ। ਹੁਣ ਉੱਥੇ ਹੀ ਉਹਨੇ ਦੱਸ ਦਿੱਤਾ ਇਹ ਜਿਹੜਾ ਕੰਮ ਹੈ ਇਹ ਜਗ੍ਹਾ ਜਗ੍ਹਾ ਮੇਰੇ ਇਹ ਇੱਕ ਰਸੂਲ ਹੈ। ਇਸੇ ਲਈ ਇਹ ਸਟੱਡੀਜ਼ ਹੋ ਰਹੀ ਹੈ ਕਿ ਫਿਰ ਉਹ ਬੰਦਾ ਖੁਦਾਵੰਦ ਦੇ ਵਿੱਚ ਕਿਸ ਤਰ੍ਹਾਂ ਤਿਆਰੀ ਕਰ ਸਕਦਾ। ਗੱਲ ਇਹੀ ਹੈ ਜੇ ਉਹਨੂੰ ਪਤਾ ਲੱਗ ਗਿਆ ਮੇਰੇ ਕੋਲ ਇਹ ਖਿਦਮਤ ਹੈ ਉਹ ਪੁੱਤਰ ਮੈਂ ਤੈਨੂੰ ਜਗ੍ਹਾ ਜਗ੍ਹਾ ਇਸਤੇਮਾਲ ਕਰਾਂਗਾ ਤੇਰੇ ਥਰੂ ਮੈਂ ਬਹੁਤ ਕੌਮਾਂ ਨੂੰ ਬਰਕਤ ਦਾਂਗਾ ਤੇਰੇ ਵਿੱਚੋਂ। ਉਹ ਫਿਰ ਇਹ ਦੇਖਣਾ ਪੈਂਦਾ ਹੈ ਕਿ ਉਹ ਫੌਰਨ ਫਿਰ ਉਹਦੇ ਲਈ ਦੁਆ ਕਰਿਆ ਕਰੇ ਖੁਦਾਵੰਦ ਤੂੰ ਮੈਨੂੰ ਕਿੱਦਾਂ ਇਸਤੇਮਾਲ ਕਰਨਾ ਜੀ। ਫਿਰ ਉਹ ਲੋਕ ਕੀ ਕਰਦੇ ਨੇ ਹਾਲਾਂ ਉਹਨਾਂ ਦੀ ਮਿਨਿਸਟਰੀ ਸ਼ੁਰੂ ਨਹੀਂ ਹੋਈ ਉਹ ਉਸਦੇ ਮੁਤਲਕ ਹੋਰ ਜਿਹੜੇ ਲੋਕ ਜਿਹੜੇ ਮਿਨਿਸਟਰੀ 'ਚ ਨੇ ਉਹਨਾਂ ਨਾਲ ਕਨੈਕਟ ਹੋਣ ਦੀ ਕਰਦੇ ਨੇ ਉਹਨਾਂ ਦੀਆਂ ਬੁੱਕਸ ਪੜ੍ਹਦੇ ਨੇ ਉਹਨਾਂ ਦੇ ਮੈਸੇਜ ਸੁਣਦੇ ਨੇ ਤਾਂ ਕਿ ਉਹ ਗਿਫਟ ਜਿਹੜਾ ਉਹਨਾਂ ਦੇ ਅੰਦਰ ਹੈ ਉਹ ਥੋੜ੍ਹਾ ਜਿਹਾ ਸਟੇਅਰ ਹੋਵੇ ਹਿੱਲੇ ਔਰ ਫਿਰ ਉਹ ਚੀਜ਼ਾਂ ਉਹਦੇ ਵਿੱਚ ਮਤਲਬ ਕਿ ਹਿਲਣੀਆਂ ਸ਼ੁਰੂ ਹੋ ਜਾਣ। ਹਾਂ ਮਤਲਬ ਕਿ ਜੀ ਸ਼ਰਤ ਇਹ ਜਿਸ ਤਰ੍ਹਾਂ ਹੈਗਾ ਵੀ ਉਹਦੇ ਵਿੱਚ ਓਬੀਡੀਅੰਸ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਜੀ ਇਜ਼ਰਾਇਲ ਨੂੰ ਪਰਮੇਸ਼ਰ ਨੇ ਕਿਹਾ ਸੀ ਮਿਸਰ 'ਚੋਂ ਬਾਹਰ ਕੱਢ ਕੇ ਲੈ ਕੇ ਆਵਾਂਗਾ ਪਰ ਉਹਦੇ ਨਾਲ ਨਾਲ ਓਬੀਡੀਅੰਸ ਬਹੁਤ ਜ਼ਰੂਰੀ ਹੈਗੀ ਆ। ਇਹਦੇ ਵਿੱਚ ਇਹ ਨਹੀਂ ਹੈਗਾ ਹੁਣ ਉੱਦਾਂ ਹੀ ਬਸ ਇਹ ਬੈਠ ਜਾਓ ਹੁਣ ਆਰਾਮ ਨਾਲ ਆਪਣੀ ਸਾਰਾ ਕੁਛ ਹੋ ਜਾਣਾ ਹਾਂਜੀ ਅਤੇ ਠੀਕ ਹੈ ਜੀ ਹਾਂਜੀ ਅਤੇ ਆਪਾਂ ਅਤੇ ਦੂਸਰੀ ਗੱਲ ਜਿਹੜੀ ਹੈਗੀ ਆ ਤੁਸੀਂ ਕਹਿਣ ਲੱਗੇ ਨਹੀਂ ਮੈਂ ਇਹ ਕਹਿ ਰਿਹਾ ਸਾਂ ਕਿ ਫਿਰ ਖੁਦਾ ਨੇ ਕਿਹਾ ਮੈਂ ਆਪਣੀ ਕਸਮ ਚੁੱਕ ਕੇ ਕਹਿੰਦਾ ਇਹਨਾਂ ਵਿੱਚੋਂ ਕੋਈ ਨਹੀਂ ਜਾਏਗਾ ਔਰ ਦੇਖੋ ਯਸ਼ਵਾ ਕਾਲਬ ਅਤੇ ਜਿਹੜੀ ਨਵੀਂ ਪੋਦ ਸੀ ਖੜਿਆ ਤਾਂ ਹੈ ਹੈ ਉਹ ਲੋਕ ਜਿਨ੍ਹਾਂ ਨੇ ਸ਼ੱਕ ਕੀਤਾ ਜਿਹੜੇ ਬੁੜਬੁੜਾਏ ਇਹ ਜਿਹੜਾ ਬੁੜਬੁੜਾਉਣਾ ਹੁੰਦਾ ਹੈ ਨਾ ਹੁੰਦਾ ਬੁੜਬੁੜਾਉਣਾ ਹਾਂ ਮਤਲਬ ਸ਼ਿਕਾਇਤ ਕਰਨੀ ਉਹ ਸਾਨੂੰ ਕੱਢ ਕੇ ਲਿਆਇਆ ਉਹਨਾਂ ਨੂੰ ਮਿਸਰ ਦੀਆਂ ਹੰਡੀਆਂ ਯਾਦ ਆਉਂਦੀਆਂ ਸਨ। ਸੋ ਇਹਨੂੰ ਜਲਦੀ ਵਾਈਂਡ ਅਪ ਇਸ ਲਈ ਕਰਦੇ ਹਾਂ ਕਿ ਕਹਿਣ ਦਾ ਮਤਲਬ ਇਹ ਵੇ ਕਿ ਜਦੋਂ ਖੁਦਾ ਨੇ ਪ੍ਰੋਮਿਸ ਕੀਤਾ ਉਹਨਾਂ ਨੇ ਧੀਰੇ ਨਹੀਂ ਕੀਤੀ ਯਕੀਨ ਨਹੀਂ ਕੀਤਾ ਬੁੜਬੁੜਾਏ
वो बड़बड़ाने नाल उन्हां नूं 40 साल लग गए यार। असी अज भी अगर एक गल लई बुड़बड़ाने हैं, हिसाब ला लो उते की रेशो बन रही है। देखो सो असानूं उहना ओह कोथे कहण लग पए भी इत्थे सानूं मार देना जा के इहदे नाल तुसीं उत्थे चंगे सीगे। कई बारी रब जदों कुछ दसदा हैगा ਉਹ ਵਿਲਡਰਨੈਸ ਵਿੱਚੋਂ ਦੀ ਕੱਢਦਾ ਆ, ਕੁਛ ਕਾਂਟੀ ਸ਼ਾਂਟੀ ਕਰਦਾ ਆ ਤਿਆਰੀ ਦੇ ਮੁਤਾਬਕ, ਤੇ ਥੋੜਾ ਸੇਕ ਸੇਕ ਲਗਾਉਂਦਾ ਆ, ਹਾਲਾਤ ਬਣਾਉਂਦਾ ਪਕਾਉਂਦਾ, ਹਾਂਜੀ ਮਿਲਾਵਟਾਂ ਕੱਢਦਾ ਜੋ ਕਰਾਉਂਦਾ ਤਿਆਰੀ ਕਰਾਉਂਦਾ, ਤੇ ਰੱਬ ਨੇ ਜਿੱਥੇ ਲੈ ਕੇ ਜਾਣਾ ਹੁੰਦਾ ਪਹਿਲਾਂ ਦੱਸਿਆ। ਪਰ ਉਸ ਟਾਈਮ ਬੰਦਾ ਬਣਿਆ ਰਹੇ, ਹਾਂ ਚੱਲਿਆ ਰਹੇ, ਤੇ ਇਹਨਾਂ ਦਾ ਇੰਤਜ਼ਾਰ ਕਰਦਾ ਰਹੇ, ਹਾਂ ਠੀਕ ਹੈ ਹਾਂਜੀ। ਔਰ ਦੂਸਰਾ ਇਹ ਵੇ ਕਿ ਕਹਿੰਦਾ ਵੇਖੋ ਕਿੱਧਰ ਵੇਖੋ, ਦੁਨਿਆਵੀ ਆਲਮ ਵਿੱਚ ਵੇਖੋ, ਰੂਹਾਨੀ ਆਲਮ ਵਿੱਚ, ਅਤੇ ਸੁਣੋ ਦੁਨਿਆਵੀ ਆਲਮ ਅਤੇ ਰੂਹਾਨੀ ਆਲਮ ਵਿੱਚ। ਹੁਣ ਗੱਲ ਕੀ ਹੈ ਕਿ ਇਹ ਬਹੁਤ ਜ਼ਰੂਰੀ ਹੈ। ਹਾਂਜੀ ਠੀਕ ਹੈ। ਹਾਂ ਇੱਕ ਗੱਲ ਹੋਰ, ਜਿਹੜੀ ਪ੍ਰੋਫੈਸੀ ਜਿਹੜੀ ਝੂਠੀ ਹੋ ਸਕਦੀ, ਕਈ ਵਾਰੀ ਇਨਸਾਨ ਜਿਹੜਾ ਪ੍ਰੋਫੈਸੀ ਕਰਦਾ, ਪ੍ਰੋਫੈਸੀ ਮਤਲਬ ਤੁਸੀਂ ਜਦ ਸਿੱਧਾ ਪੱਧਰਾ ਦੱਸਦਾ, ਉਹ ਪਰਮੇਸ਼ੁਰ ਤੋਂ ਲੈ ਕੇ ਅੱਗੇ ਰੱਖਦਾ। ਕਈ ਵਾਰੀ ਜਿਹੜੀ ਇਨਸਾਨ ਪ੍ਰੋਫੈਸੀ ਕਰ ਦਿੰਦਾ ਆ, ਉਹ ਪਰਮੇਸ਼ੁਰ ਤੋਂ ਲੈ ਕੇ ਨਹੀਂ, ਉਹਦੀ ਆਪਣੀ ਇਮੋਸ਼ਨ ਜਜ਼ਬਾਤ ਦੇ ਨਾਲ ਉਹ ਦੱਸ ਦਿੰਦਾ, ਉਹਦੇ ਵਿੱਚ ਇਮੋਸ਼ਨਸ ਆਪਣੀਆਂ ਆ ਜਾਂਦੀਆਂ ਹੈਗੀਆਂ, ਜੀ ਆਪਣੀ ਥੋਟ ਆ ਜਾਂਦੀ ਹੈਗੀ ਹੈ, ਅਤੇ ਉਹ ਫਿਰ ਇੱਕ ਚੀਜ਼ ਹੋਰ ਹੈ। ਖਾਦਮ ਵੀ ਠੀਕ ਹੈ, ਉਹਨੇ ਦੁਆ ਕੀਤੀ, ਦੁਆ 'ਚ ਉਹਨੂੰ ਕੋਈ ਥੋੜ੍ਹਾ ਜਿਹਾ ਯਕੀਨ ਹੋਇਆ ਔਰ ਉਹਨੇ ਅਨਾਊਂਸ ਕਰ ਦਿੱਤਾ। ਦੇਖੋ ਇਹ ਖਤਰੇ ਤੋਂ ਖਾਲੀ ਨਹੀਂ, ਉਹਨੇ ਦੁਆ ਕੀਤੀ ਵਿਸ਼ਵਾਸ ਨਾਲ, ਠੀਕ ਹੈ ਵਿਸ਼ਵਾਸ ਨਾਲ ਕੀਤੀ, ਉਹਨੂੰ ਇਹ ਲੱਗਿਆ ਕਿ ਇਹ ਕੰਮ ਹੋਏਗਾ। ਲੇਕਿਨ ਪਾਕਰੂ ਨੇ ਇਜਾਜ਼ਤ ਅਗਰ ਨਹੀਂ ਦਿੱਤੀ ਕਿ ਤੂੰ ਇਹਨੂੰ ਅਨਾਊਂਸ ਕਰ, ਅਗਰ ਉਹ ਕਰੇਗਾ, ਉਹ ਉਹਦੇ ਹੋ ਸਕਦਾ ਉਹਦਾ ਫੇਥ ਸੀਗਾ, ਉਹਨੂੰ ਦੁਆ 'ਚ ਥੋੜ੍ਹੀ ਜਿਹੀ ਹੋਈ, ਲੇਕਿਨ ਉਹਦਾ ਪੂਰਾ ਅਰਥ ਨਹੀਂ ਖੁੱਲਿਆ ਜਾਂ ਪੂਰਾ ਰੈਵੋਲੇਸ਼ਨ ਨਹੀਂ ਖੁੱਲਿਆ, ਅਤੇ ਉਹ ਕਹਿ ਦੇਗਾ ਕਿ ਇਹ ਹੋ ਜਾਏਗਾ ਉਹ ਹੋ ਜਾਏਗਾ, ਔਰ ਨਹੀਂ ਹੁੰਦਾ। ਦਿਸ ਇਜ਼ ਅਨਦਰ ਏਗਾ, ਹੋਲੀ ਸਪਿਰਿਟ ਦੱਸੇਗਾ ਕੀ ਕਰਨਾ ਕੀ ਨਹੀਂ ਕਰਨਾ, ਉਹਦਾ ਆਪਣਾ ਮਾਇੰਡ ਵੀ ਆ ਸਕਦਾ। ਦੇਖੋ ਨਾ ਪ੍ਰੋਫਸੀ 'ਚ ਵੀ ਪਰਮੇਸ਼ੁਰ ਵੱਲੋਂ, ਸ਼ੈਤਾਨ ਵੱਲੋਂ, ਇਨਸਾਨ ਦੇ ਆਪਣੇ ਇਮੋਸ਼ਨ ਦੇ ਨਾਲ, ਅਤੇ ਜਾਂ ਹਾਲਾਤ ਵੇਖ ਕੇ ਜੋ ਚੱਲ ਰਹੇ ਨੇ ਉਹਦਾ ਜ਼ਿਹਨ ਕਰਦਾ। ਬਹੁਤ ਸਾਰੀਆਂ ਚੀਜ਼ਾਂ ਰੂਹਾਨੀ ਆਲਮ ਵਿੱਚ ਟੱਚ ਕਰਦੀਆਂ ਨੇ, ਅਤੇ ਅਸੀਂ ਜਜ਼ਬਾਤ ਦੇ 'ਚ ਇਮੋਸ਼ਨਲੀ ਕੁਛ ਗੱਲਾਂ ਬੋਲ ਦਿੰਦੇ ਹਾਂ, ਅਤੇ ਉਹ ਗੱਲਾਂ ਕਹਿ ਲਓ, ਉਹਨੂੰ ਪ੍ਰੋਫਸੀ ਕਹਿ ਲਓ, ਲੇਕਿਨ ਉਹ ਖੁਦਾਵੰਦ ਨੂੰ ਨਹੀਂ, ਠੀਕ ਹੈ। ਸੋ ਸਾਨੂੰ ਕੀ ਕਰਨਾ ਚਾਹੀਦਾ, ਵੇਟ ਕਰਨਾ ਚਾਹੀਦਾ, ਹੁਸ਼ਿਆਰ ਰਹਿਣਾ ਚਾਹੀਦਾ, ਔਰ ਅਗਰ ਇਹ ਸਾਡੇ ਕੋਲ ਇਹ ਗਿਫਟ ਨਹੀਂ ਗਾ, ਹੈ ਨਾ, ਅਤੇ ਦੇਖੋ ਇਹ ਇਹ ਇੱਕ ਵਰਸ ਪੜ੍ਹ ਕੇ, ਇਹ ਸਮਟਾਈਮਸ ਇਹ ਹੁੰਦਾ, ਇੱਕ ਇਹ ਹੁੰਦਾ ਕਿ ਪਹਿਲਾਂ ਕਰੰਥੀਆਂ 14 ਦੀ 29 ਆਇਤ ਦੇ ਵਿੱਚ, ਠੀਕ ਹੈ ਕਿ ਪ੍ਰੋਫਿਟ ਵੀ ਬੋਲਣ ਅਤੇ ਉਹਨਾਂ ਦੀ ਪ੍ਰੋਫਸੀਜ਼ ਨੂੰ ਚੈੱਕ ਕਰੋ, ਅਤੇ ਜੇ ਕਿਸੇ ਹੋਰ ਉੱਤੇ ਇਹ ਗੱਲ ਰਿਵੀਲ ਹੁੰਦੀ ਹੈ ਉਹਦੀ ਵੀ ਸੁਣਨੀ ਹੈ, ਹੈ ਨਾ। ਸੋ ਇਹ ਬੜਾ ਇੱਕ ਸੈਂਸਿਟਿਵ ਹੈ, ਮੂੰਹ ਤੋਂ ਕੱਢਣਾ ਜਜ਼ਬਾਤ ਦੇ 'ਚ ਨਹੀਂ। ਇਹ ਆਇਤ ਪੜ੍ਹੋ। ਹਾਂਜੀ, ਇਹ 'ਚ ਲਿਖਿਆ ਹੈ ਜੀ, ਪਹਿਲਾਂ ਕਰੰਥੀਆਂ 14 ਦੀ 29, ਅਤੇ ਨਵੀਆਂ ਵਿੱਚੋਂ 2 ਅਥਵਾ 3 ਬੋਲਣ ਅਤੇ ਬਾਕੀ ਦੇ ਪਰਖਣ। ਅੱਗੇ ਬਸ ਇਹਨੇ ਇੰਗਲਿਸ਼ 'ਚ ਪੜ੍ਹ। ਹਾਂ ਇਹ ਵੈਸੇ ਸਾਫ਼ ਹੀ ਕਲੀਅਰ ਹੀ ਲੱਗਦਾ ਜੀ। ਅੱਛਾ, ਨਵੀਆਂ ਵਿੱਚੋਂ ਨਹੀਂ, ਪੂਰੀ ਆਇਤ ਥੋੜ੍ਹੀ ਜਿਹੀ ਮੈਂ ਚਾਹ ਰਿਹਾ ਸੀ। ਅੱਛਾ, ਇਸ ਤੋਂ ਬਿਨਾਂ ਹੋਰ ਵੀ ਹੈ ਜੀ? ਓਕੇ ਜੀ, ਓਕੇ, ਆਪਾਂ ਪੜ੍ਹ ਦਿੰਦੇ ਹਾਂ ਜੀ। ਇੱਕ ਮੈਂ ਹੋਰ ਇਸ ਤੋਂ ਬਾਅਦ ਇੱਕ ਸਵਾਲ ਹੋਰ ਕਰਨਾ ਜੀ, ਜਿਹੜੀ ਝੂਠੇ ਨਬੀ ਹੈਗੇ ਆ, ਝੂਠੀ ਪ੍ਰੋਫੈਸੀ ਕਰ ਦਿੰਦਾ ਇਨਸਾਨ ਕੋਈ ਸੇਵਕ ਪਰਮੇਸ਼ੁਰ ਦਾ, ਔਰ ਇਮੋਸ਼ਨ ਦੇ ਦੁਆਰਾ, ਜਜ਼ਬਾਤ ਦੇ ਦੁਆਰਾ, ਅਤੇ ਉਹਦੀ ਕੋਈ ਸਜ਼ਾ? ਦੇਖੋ ਜੀ, ਜਦੋਂ ਕੋਈ ਬੰਦਾ ਇਹ ਕਹਿੰਦਾ ਇਹ ਮੈਨੂੰ ਰੱਬ ਨੇ ਦੱਸਿਆ, ਖੁਦਾ ਦਾ ਨਾਂ ਬੇਫਾਇਦਾ ਨਹੀਂ ਲੈਣਾ, ਠੀਕ ਹੈ, ਬਿਲਕੁਲ। ਔਰ ਸਜ਼ਾ ਤਾਂ ਉਹਦੀ ਇਹੀ ਹੋਏਗੀ ਕਿ ਨੰਬਰ ਇੱਕ ਕਿ ਉਹ ਨਰਖਾਂ 'ਚ ਤਾਂ ਨਹੀਂ ਜਾਏਗਾ, ਲੇਕਿਨ ਲੋਕਾਂ 'ਚ ਬੜਾ ਸ਼ਰਮਿੰਦਗੀ ਉਹਨੂੰ ਬਰਦਾਸ਼ਤ ਕਰਨੀ ਪਏਗੀ, ਔਰ ਉਹਦੇ ਅੰਦਰ ਡਿਸਕਰੇਜਮੈਂਟ ਆ ਜਾਣੀ ਹੈ, ਇਹ ਕੀ ਹੋ ਗਿਆ,
सो कहण दा मतलब ये वे अगर प्रोफसी दी दात है ते ये काम जड़ा पब्लिकली है। देखो प्रोफसी एक जड़ी है वो चर्च विच है, एक जड़ी पब्लिकली है दैट इज ऑफिस। अगर वो ही बंदा ऑफिस च वड़ेगा ते वो गलत हो जाएगा। ऑफिस मीन्स मैं समझदा जी ओदा कोई ना कोई उन्हों नुकसान जरूर होएगा क्योंकि इमोशनली रूहानी तौर पर जो कीते कम्मां दे मुताबिक जो रब ने परमेश्वर ने रिवार्ड देने रिवार्ड से वह फर्क जरूर पेगा क्योंकि वो अगर किसी गलत प्रोफेसी हो गई इमोशन के नाल हो गई या अपने जज्बातों के नाल हो गई आ और जी रब वालों नहीं सी जो प्रोफेसी की जिन्हें की मिसगाइड हो सकता है मिसगाइड मिसगाइड कोई ना कोई तो फिर इसलिए जदों भी यहोजी पब्लिकली गल करनी है हाँ तो प्लीज़ वो ये जिदे को ले दात हैगी है वो मिनिस्ट्री दी वेच ना वड़े ऑफिस दे वेच अगर है तो वह किसी प्रॉफिट नाल कनैक्ट होए तो उन्हों मैनर्स सिखाए जाते हैं कि एग तू गल करनी है नहीं करनी हाँ। ठीक है जी हाँ जी पहला ग्रंथियाँ अपने 14:29 पढ़ते हैं जी तो आप उस तो बाद फिर बस खत्म करते हैं छेती Two or three prophets should speak and others should weigh carefully what is said. हाँ जी हाँ जी दो जा ते अगली आयत की अगली दिवस लिखा हैगा and if हाँ. a receive if and if a revelation comes to someone who is sitting down the first speaker should stop. या ये प्रॉफिट तो लावा भी अच्छा ये बिल्कुल एक गल ठीक है ते वो इमोशनली बंदा खुद ही वो शैतान फिर उन शैतान ने मौका दे देता और वो बंदा फिर गएगा उदे ईमान नु घट करेगा भाई इसलिए प्रोटोकॉल बहुत जरूरी है एवें इसलिए जिदे विच दात ऑपरेट हो रही है उनू पब्लिक सैक्टर विच पब्लिकली वो वाइड करे वरना गलत हो जाती है। हाँ जी तो जरा जी वर्ड ऑफ विजडम तो वर्ड ऑफ नॉलेज तो डिसर्निंग ऑफ स्पिरिट हाँ यह जो वर्ड ऑफ नॉलेज वर्ड ऑफ विजडम है यह प्रॉफिट के विच ऑपरेट होंदा है भी देखो जी ये तो एक जड़ियाँ ने ना ये ऐसिया दाता ने जड़ियाँ हर बिलीवर ओके तो अविश्वासी च ऑपरेट हो गई वर्ड ऑफ नॉलेज वर्ड ऑफ विजडम वर्ड ऑफ विजडम की ये फ्यूचर के बारे दसना चेलियां दे करतब 16:16-18 एक औरत सी वो पालूस ते उदे साथियां लिए फ्यूचर के बारे दसन दी ठीक है ते इंसान दी आहा अच्छा ते जड़ा फ्यूचर बारे वर्ड ऑफ विजडम हो गया है ना वर्ड ऑफ विजडम ते वर्ड ऑफ नॉलेज जड़ा है वो किसी दा पास्ट ते प्रेजेंट दे बारे ये बाबे भी करते हैं ते बाकी वो चेलियां दे करतब 8 च एक जादूगर सी केड़ा शमाउन जादूगर ओदी अपनी रूह दा सी जदों वो पतरस ते यूहन्ना हाथ रख के उन्हां नूं लोकां नूं पाक रूह दा बपतिस्मा मिलदा सी ओदी अपनी ख्वाहिश सो हर गल विच ये ध्यान रखना है खुदा वल्लों है शैतान वल्लों है या साडे अपने इमोशनली बिल्कुल सोहनी गल तुसीं कीती है इमोशंस नाल नहीं चलना एक आपां छोटे फिनिश करते हैं जी थोड़ा जिहा कि जिहड़ा तुसीं कहा जी जिहड़ा वर्ड ऑफ विजडम हैगा वह आउण वाले भविख का वह दसदा है नहीं हाँ वर्ड ऑफ विजडम वर्ड ऑफ विजडम हाँ फ्यूचर का दसदा आने वाले भविख का है नहीं हाँ दसदा तो जिहड़ा अपने प्रॉफिट हैगा वह भी आने वाले दसदा नबी जिहड़ा हैगा तो दोनों में की फर्क हो गया जी दोनों च यह फर्क है कि जिहड़ा ए वर्ड ऑफ विजडम है ना वो फ्यूचर के बारे दस रहा है वो असल होंदा है कि जिहड़ा वर्ड ऑफ नॉलेज है पास्ट ते प्रेजेंट च उहदे च पता लगता है उहदे तलक नाल ए अगे फ्यूचर के बारे दसदा है इसका मतलब है वर्ड ऑफ नॉलेज ते वर्ड ऑफ विजडम कट्ठे ऑपरेट होंदे ओ तां ठीक है हाँ ते वर्ड ऑफ विजडम ते मैं कहना प्रोफेसी दे विच की फर्क बड़ा माइनर जहा फर्क है और प्रोफेसी जी ए वर्ड ऑफ नॉलेज इट सैल्फ कोई ऑफिस नहीं है ऑफिस नहीं है वर्ड ऑफ विजडम ठीक है हाँ ये उन्नी ये दातों तक चलती है लेकिन ये अगे गल बिल्कुल ठीक है माइनर ही फर्क है
लेकिन ये प्रॉफिट का ऑफिस है, ठीक है, ऑफिस बनता है जिहड़ा कि पहला करंथियां 12 दी 28 तो 31 दे विच जाइए ना तो उत्थे कई दातां वो ऑफिस विच कन्वर्ट हो जांदियां ने, ते दातां विच रसूल दी नहीं बयान की गई, पहला करंथियां 12 दी 8 तो 11। अच्छा ठीक है। अच्छा मेरा पूछना मतलब ये सगा, अगर कोई किसी ने प्रोफेसी की हैगी वर्ड ऑफ विजडम दस्या है, सानू एक दम पता लगे यह वर्ड ऑफ विजडम दस रहा या प्रोफेसी दस रहा? देखो जी, ये दात तक तो चर्च के लैवल तक तो जी है ना आपस में, मसलन पंजाबी मसीह चर्च कोई उत्थे दे मैंबर ने वो कोई गल कर रहा है ना, फिर भी असूल जड़ा है वो यही है कि छेती नहीं करनी, भावें उन्हें ठीक की है, इमोशनली की है, किसी वालों की है, ठीक है, जाहिर हर एक अंदर पाक रूह है, ठीक है, वो शैतान वालों तो नहीं हो सकती, हाँ उन्हों थोड़ी हिस्ट्री का पता है तो वह जज्बात कर सकता है, किसी का किधरों पता लग गया तो दुआ च बोल दिती, वर्ड ऑफ नॉलेज बोल दिता है ना, तो नाल ही बोल दिता कि ऐदा वे ऐदा वे तो थोड़े लिए आ कुछ तीन चीज़ा प्रोफेसी देखनिया ने वो बोलेगा, तो बस इसलिए वो जरा तीसरा गिफ्ट है ना वो दस देगा डिसर्निंग ऑफ स्पिरिट के यार ये अपने को कर रहा है या इनू कुछ पता है, क्योंकि जड़ी गल रब नो होएगी ना अंदर खुब जाएगी। हाँ ठीक है जी, बहुत लंबा हो गया, नबी दी फिनिश कर दें जी, फाइव फोल्ड एज। हाँ परमेश्वर पिता आप शुक्र करते हैं सारे वचन में यीशु मसीह के लहू के ढकते हैं ताकि दुश्मन चुरा ना सके, हेरा फेरी ना कर सके परमेश्वर पिता, और ये सब कुछ मंगते हैं आप दे कलौते पुत्र साढ़े मुक्तिदाता यीशु मसीह के नाम। आमीन।